ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਕੋਈ ਵੀ ਪੁਲਿਸ ਤੇ ਸਰਕਾਰ ਇਹਨਾਂ ਦੇ ਰਸਤੇ 'ਚ ਰੋੜਾ ਨਹੀਂ ਬਣ ਸਕਦੀ। ਖੁੱਲ੍ਹੀ ਲਗਾਮ ਵਾਲੇ ਘੋੜੇ ਵਾਂਗ ਇਹ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਨੇ। ਅੰਮ੍ਰਿਤਸਰ ਦੇ ਇੱਕ ਹੋਟਲ 'ਚ ਵੀ ਨਸ਼ਾ ਤਸਕਰਾਂ ਨੇ ਅਜਿਹਾ ਹੁੜਦੰਗ ਮਚਾਇਆ ਕਿ ਡਾਂਗਾਂ ਸੋਟੇ ਚੱਲ ਗਏ। ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਤਕਰਾਰ ਲੜਾਈ ਝਗੜੇ 'ਚ ਬਦਲ ਗਈ ਅਤੇ ਖੂਬ ਹੌਕੀਆਂ ਚੱਲੀਆਂ। ਨਸ਼ੇ 'ਚ ਧੁੱਤ ਨੌਜਵਾਨਾਂ ਨੇ ਇੱਥੇ ਮੌਜੂਦ ਇੱਕ ਲੜਕੀ ਨੂੰ ਵੀ ਕੁੱਟ ਦਿੱਤਾ। ਦਰਅਸਲ ਹੋਟਲ ਮਾਲਕ ਨੇ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ। ਇਹਨਾਂ ਨੌਜਵਾਨਾਂ ਨੇ ਨਸ਼ਾ ਕਰਨ ਲਈ ਹੋਟਲ 'ਚ ਆ ਕੇ ਕਮਰੇ ਦੀ ਮੰਗ ਕੀਤੀ। ਮਾਲਕ ਨੇ ਹੋਟਲ ਦਾ ਕਮਰਾ ਦੇਣ ਤੋਂ ਨਾ ਕੀਤੀ ਤੇ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਇੱਥੋਂ ਤੱਕ ਕਿ ਹੋਟਲ ਮਾਲਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਮੈਂ ਜੀ ਇੱਥੇ ਖੜਾ ਸੀਗਾ ਜੀ, ਅਤੇ ਬਾਹਰੋਂ 8-10 ਲੜਕੇ ਆਏ ਨੇ ਅੰਦਰ। ਅੰਦਰ ਆ ਕੇ ਮੈਨੂੰ ਕਹਿੰਦੇ ਨੇ ਕਿ ਜੀ ਸਾਨੂੰ ਰੂਮ ਦਿਓ ਜੀ। ਮੈਂ ਉਹਨੂੰ ਡਿਨਾਈ ਕਰਤਾ ਜੀ, ਮੈਂ ਰੂਮ ਨਹੀਂ ਦੇਣਾ, ਕਿ ਅਸੀਂ ਰੂਮ ਨਹੀਂ ਦਿੰਦੇ। ਅਤੇ ਜੀ ਮੈਂ ਉਹਨੂੰ ਇੰਨੀ ਗੱਲ ਕੀਤੀ, ਇੰਨੀ ਦੇਰ ਨੂੰ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀਗੀ, ਇੰਨੀ ਦੇਰ ਨੂੰ ਉਹਨਾਂ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਿ ਤੂੰ ਰੂਮ ਕਿੱਦਾਂ ਨਹੀਂ ਦੇਂਗਾ। ਅਤੇ ਇਸ ਤੋਂ ਬਾਅਦ ਇੱਥੇ ਮੈਡਮ ਖੜ੍ਹੇ ਸੀਗੇ, ਠੀਕ ਹੈ ਜੀ, ਇੱਥੇ ਮੈਨੇਜਰ ਨੇ ਸਾਡੇ ਕੋਲ ਮੈਡਮ ਖੜ੍ਹੇ ਸੀਗੇ ਅਤੇ ਉਹਨਾਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਹੋ ਗਈ, ਉਹਨਾਂ ਦਾ ਹੱਥ ਫੜਨਾ ਸ਼ੁਰੂ ਹੋ ਗਏ। ਇੰਨੀ ਦੇਰ ਨੂੰ ਮੈਂ ਉਹਨਾਂ ਨੂੰ ਬਾਹਰ ਕੱਢਿਆ, ਬਾਹਰ ਕੱਢਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਤੁਸੀਂ ਇੱਥੋਂ ਚਲੇ ਜਾਓ, ਆਪਾਂ ਇੱਥੇ ਰੂਮ ਨਹੀਂ ਦਿੰਦੇ। ਉਸ ਤੋਂ ਬਾਅਦ ਜੀ ਉਹਨਾਂ ਨੇ ਕੀ ਕੀਤਾ ਕਿ ਮੈਨੂੰ ਉਹਨਾਂ ਨੇ ਆਪਣਾ ਮਾਰਨਾ ਕੁੱਟਣਾ ਸ਼ੁਰੂ ਕਰਤਾ। ਫਿਰ ਮੈਨੂੰ ਕਹਿੰਦੇ ਆਪਾਂ ਤੈਨੂੰ ਮਾਰਨਾ ਵਾ, ਤੈਨੂੰ ਜਾਨੋਂ ਮਾਰਨਾ ਵਾ, ਆਪਾਂ ਐਂ ਐਸੀ ਕਰਕੇ ਹਾਂ, ਅੱਗੇ ਤੂੰ ਸਾਡੇ ਕੋਲ ਪਹਿਲਾਂ ਬਚ ਗਿਆ ਪਰ ਹੁਣ ਤੈਨੂੰ ਨਹੀਂ ਛੱਡਣਾ, ਆਪਾਂ ਤੈਨੂੰ ਜਾਨੋਂ ਮਾਰਨਾ। ਅਤੇ ਮੈਂ ਕਿਹਾ ਜੀ ਤੁਸੀਂ ਹੋ ਕੌਣ ਹੋ, ਕਿੱਥੋਂ ਆਏ ਹੋ, ਕਿਉਂ ਮਾਰਨਾ ਜਾਨੋਂ, ਤੁਹਾਡੀ ਮੇਰੀ ਕੀ ਦੁਸ਼ਮਣੀ ਹੈ। ਕਹਿੰਦੇ ਨਹੀਂ ਬਸ ਆਪਾਂ ਤੈਨੂੰ ਜਾਨੋਂ ਮਾਰਨਾ, ਆਪਾਂ ਤੈਨੂੰ ਛੱਡਣਾ ਨਹੀਂ ਹੈਗਾ। ਮੈਂ ਰੂਮ ਨਹੀਂ ਦਿੱਤਾ ਜੀ, ਅਤੇ ਉਹਨਾਂ ਨੇ ਐਕਚੁਲੀ ਇਹ ਨਾਲ ਉਹਨਾਂ ਦਾ ਸਮਾਨ ਸੀਗਾ, ਉਹਨਾਂ ਕੋਲ ਲਿਫਾਫਾ ਸੀਗਾ ਇੱਕ ਜੀ, ਠੀਕ ਹੈ ਜੀ, ਉਹ ਲਿਫਾਫੇ ਦੇ ਉਹਨਾਂ ਕੋਲ ਸਮਾਨ ਪਿਆ ਸੀ। ਕਹਿੰਦੇ ਕਿ ਆਪਾਂ ਉੱਥੇ ਹੁੱਕਾ ਵੀ ਪੀਣਾ, ਆਪਾਂ ਇੱਥੇ ਦੀ ਸ਼ਰਾਬ ਵੀ ਪੀਣੀ ਹੈ, ਪਰ ਆਪਾਂ ਉਹਨੂੰ ਮਨਾ ਕਰਤਾ ਉਹਨਾਂ ਨੂੰ। ਉਸ ਕਰਕੇ ਉਹਨਾਂ ਨੇ ਫਿਰ ਮੇਰੇ ਉੱਤੇ ਹਮਲਾ ਕੀਤਾ, ਕਹਿੰਦੇ ਕਿ ਆਪਾਂ ਤਾਂ ਤੈਨੂੰ ਪਹਿਲਾਂ ਛੱਡਤਾ ਸੀਗਾ ਪਰ ਹੁਣ ਨਹੀਂ ਤੈਨੂੰ ਛੱਡਦਾ, ਹੁਣ ਤੈਨੂੰ ਮਾਰ ਕੇ ਜਾਣਾ। ਇੰਨੀ ਦੇਰ ਨੂੰ ਸਰ ਮੈਂ ਭੱਜ ਕੇ ਬਾਹਰ ਨਿਕਲਿਆ ਵਾਂ, ਇੱਥੋਂ ਉਸ ਗੇਟ ਤੋਂ ਬਾਹਰ ਨਿਕਲਿਆ ਵਾਂ, ਬਾਹਰ ਜਾ ਕੇ ਇੱਥੇ ਪਬਲਿਕ ਇਕੱਠੀ ਹੋ ਗਈ ਸੀਗੀ ਕਾਫੀ, ਅਤੇ ਕਾਫੀ ਪਬਲਿਕ ਇਕੱਠੀ ਹੋਈ ਸੀਗੀ। ਫਿਰ ਪਬਲਿਕ ਨੇ ਆ ਕੇ ਮੈਨੂੰ ਬਚਾਇਆ, ਬਿਲਕੁਲ ਮੇਰੇ ਨੇਬਰਸ ਨੇ, ਠੀਕ ਹੈ ਜੀ, ਨੇਬਰਸ ਨੇ ਉਹਨਾਂ ਦੇ ਬੰਦਿਆਂ ਨੇ ਆ ਕੇ ਮੈਨੂੰ ਬਚਾਇਆ ਉਹਨਾਂ ਕੋਲੋਂ, ਠੀਕ ਹੈ। ਮੇਰਾ ਸਟਾਫ ਸੀਗਾ, ਮੇਰੇ ਸਟਾਫ ਨੂੰ ਵੀ ਕੁੱਟਿਆ ਉਹਨਾਂ ਨੇ, ਬੜਾ ਮਾਰਿਆ, ਇਹ ਮੇਰਾ ਲੜਕੇ ਸਟਾਫ ਦੇ ਇੱਥੇ ਡਿਮਾਂਡ। ਸਰ ਬਸ ਮੇਰੇ ਨਾਲ ਨਿਆਏ ਹੋਣਾ ਚਾਹੀਦਾ, ਪੁਲਿਸ ਜਿਹੜੀ ਕਾਰਵਾਈ ਹੈ ਤਰੀਕੇ ਨਾਲ ਕਰੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਕਰੇ। ਨਸ਼ਾ ਕਰਨਾ ਚਾਹੁੰਦੇ ਸੀ ਸਰ, ਉਹ ਨਸ਼ਾ ਕਰਕੇ ਹੀ ਆਏ ਸੀਗੇ। ਲੜਾਈ ਝਗੜੇ ਤੋਂ ਬਾਅਦ ਨੌਜਵਾਨ ਉੱਥੋਂ ਫਰਾਰ ਹੋ ਗਏ, ਉਹਨਾਂ ਦੇ ਨਸ਼ੇ ਦਾ ਸਮਾਨ ਇੱਥੇ ਹੀ ਰਹਿ ਗਿਆ ਜਿਸ ਵਿੱਚ ਹੁੱਕਾ ਤੇ ਅਫੀਮ ਸੀ। ਇਸ ਹਮਲੇ 'ਚ ਦੋ ਲੋਕ ਵੀ ਜ਼ਖਮੀ ਹੋਏ। ਇਸ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਕਰਵਾਈ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਨੂੰ ਮੈਸੇਜ ਮਿਲਿਆ ਸੀ, ਪਹੁੰਚੇ ਹਾਂ ਜੀ, ਵੈਰੀਫਾਈ ਕਰ ਰਹੇ ਹਾਂ, ਬੰਦੇ ਵੀ ਜਿਹੜੀ ਸਨੈਪ ਵੀ ਆ ਗਈ ਹੈ, ਬਾਕੀ ਬੁਲਟ ਮੋਟਰਸਾਈਕਲ ਦਾ ਨੰਬਰ ਟਰੇਸ ਹੋਇਆ ਅਤੇ ਜੋ ਬਣਦੀ ਐਜ਼ ਪਰ ਲਾਅ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏ। ਇਹਨਾਂ ਨੇ ਜਿਹੜਾ ਰਿਸੈਪਸ਼ਨਿਸਟ ਲੜਕੀ ਹੈ ਨਾ, ਉਹਦੇ ਨਾਲ ਮਿਸਬਿਹੇਵ ਕੀਤਾ, ਉਹਨਾਂ ਵੀ ਕੁੱਟਮਾਰ ਕੀਤੀ ਆ, ਅਤੇ ਮਾਲਕ ਹੈ ਇਹਨਾਂ ਦੇ, ਉਹਨਾਂ ਨੂੰ ਵੀ ਕੁੱਟਮਾਰ ਕੀਤੀ ਆ, ਸੀਸੀਟੀਵੀ ਕੈਮਰੇ 'ਚ ਰਿਕਾਰਡਿੰਗ ਵੀ ਹੈਗੀ ਹੈ। ਨਹੀਂ ਇਹ ਨਹੀਂ ਮੈਂ ਕਲੀਅਰ ਕਰ ਸਕਦਾ, ਨਸ਼ਾ ਕਰਨ ਆਏ ਸੀ ਜੀ, ਕਿਉਂਕਿ ਇਹ ਹੋਟਲ ਆਏ, ਨਸ਼ੇ ਲਈ ਤਾਂ ਦੇਣਗੇ ਵੀ ਨਹੀਂ। ਇਹਨਾਂ ਕੋਲ ਰੂਮ ਮੰਗਿਆ, ਨਾ ਰੂਮ ਨਹੀਂ ਦਿੱਤਾ, ਉਹਨਾਂ ਮਿਸਬਿਹੇਵ ਕੀਤਾ, ਇਹਨਾਂ ਨਾਲ ਕੁੱਟਮਾਰ, ਉਹ ਜੋ ਜੋ ਤਸਦੀਕ ਕਰਾਂਗੇ, ਜੋ ਐਜ਼ ਪਰ ਲਾਅ ਕਾਰਵਾਈ ਕਰ ਰਹੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।